ਸੋਹਣਾ ਮਾਸ਼ਾਅੱਲਾ, ਕਿੱਡਾ ਸੋਹਣਾ ਫੁੱਲ ਬਣਿਆ ਹੋਇਆ ਜੀ। ਠੀਕ ਹੈ, ਮੈਂ ਕਿਹਾ ਜੀ ਮੁਬਾਰਕਾਂ ਹੁਣ ਪਿਓ ਬਣਨ ਵਾਲੇ ਹੋਏ। ਵੇਖੀ ਲਓ ਜੀ ਵੀਰੋ, ਵੇਖੋ ਮਾਸ਼ਾਅੱਲਾ, ਦੋ ਦਿਨ ਦੀ ਮਿਹਨਤ। ਠੀਕ ਹੈ ਜੀ, ਮੈਡੀਸਨ ਦਿੱਤੀ ਹੈ, ਡਿਵਰਮਿੰਗ ਕੀਤੀ ਹੈ, ਅਤੇ ਪਹਿਲੇ ਰੋਟੀ ਪਾਈ ਸੀ ਉਹ ਵੀ ਖਾ ਗਈ ਹੈ, ਅਤੇ ਹੁਣ ਡੋਗ ਫੂਡ ਪਾਇਆ ਥੋੜ੍ਹਾ ਜਿਹਾ, ਬਾਕੀ ਕੋਈ ਦੂਸਰੇ ਬੱਚਿਆਂ ਨੂੰ ਪਾਉਣਾ ਆ, ਜ਼ਿਆਦਾ ਨਹੀਂ ਤਾਂ ਕਿ ਇੱਕਦਮ ਇਹਦਾ ਪੇਟ ਨਾ ਖਰਾਬ ਹੋ ਜੇ। ਉਹ ਇਹਨੇ ਪੋਟੀ ਕੀਤੀ ਹੈ, ਪੋਟੀ ਵੀ ਇਹਨੇ ਬਿਲਕੁਲ ਠੀਕ ਕੀਤੀ ਹੈ ਨਹੀਂ। ਇਹ ਵੇਖੋ ਮਾਸ਼ਾਅੱਲਾ ਰੱਜਣ ਲੱਗ ਪਈ ਜੀ। ਅੱਜ ਵੇਖ ਲਈ ਜੀ ਵੀਡੀਓ, 10 ਕੁ ਦਿਨਾਂ ਬਾਅਦ ਵੀ ਦੇਖ ਲਿਓ, ਅੱਲਾ ਕਰੇ ਖਾਂਦੀ ਰਹੇ, ਤੰਦਰੁਸਤ ਰਹੇ, ਅਤੇ ਦਿਨਾਂ 'ਚ ਦੇਖਿਓ ਕਿਸ ਤਰ੍ਹਾਂ ਇਹਦੀ ਆਪਣਾ ਸ਼ੇਪ ਬਦਲ ਜਾਣੀ ਹੈ। ਅਤੇ ਅੱਜ ਮੈਂ ਖੁਦ ਜਦੋਂ ਹਵੇਲੀ ਆਇਆ ਹੀ ਹਾਂ, ਅਤੇ ਇਹ ਮੈਨੂੰ ਦੇਖ ਕੇ ਹੀ ਇਹਨੇ ਗੇਟ ਤੋਂ, ਮੈਂ ਜਦੋਂ ਮੋਟਰਸਾਈਕਲ ਅੰਦਰ ਕੀਤਾ ਅਤੇ ਜਿਸ ਤਰ੍ਹਾਂ ਦੂਸਰੇ ਡੋਗ ਭੌਂਕਦੇ ਤੁਹਾਨੂੰ ਆਵਾਜ਼ਾਂ ਆ ਰਹੀਆਂ ਸੀ, ਆ ਮੈਂ ਪੈਪ ਰੱਖਿਆ ਨਾ, ਮੈਂ ਡਰਾ ਕੇ ਅਤੇ ਹੁਣ ਚੁੱਪ ਕਰਾਇਆ, ਉਸੇ ਤਰ੍ਹਾਂ ਹੀ ਆਪਣਾ ਮੈਨੂੰ ਵੇਖ ਕੇ ਬੋਲੀ ਹੈ, ਅਤੇ ਦਾਲ ਆਉਣ ਲੱਗੀ, ਦੂਸਰੀ ਮੋਟੋ ਬਣਦੀ ਜਾਂਦੀ, ਮੋਟੋ 2 ਬਣਦੀ ਜਾਂਦੀ ਹੈ। ਮੈਂ ਤੁਹਾਡੇ ਨਾਲ ਵੀਡੀਓ 'ਚ ਗੱਲਾਂ ਲੱਗਾ, ਅਤੇ ਮਾਸ਼ਾਅੱਲਾ ਆਪਣਾ ਫਿਨਿਸ਼ ਕਰਕੇ, ਅਤੇ ਦੂਸਰਾ ਆ ਕੇ ਅਤੇ ਉਹ ਖਾਣ ਲੱਗੀ ਹੈ। ਜਾਨਵਰ ਜਿਹੜਾ ਖਾਂਦਾ ਹੋਵੇ ਅੰਦਰੋਂ ਠੀਕ ਹੋਏਗਾ, ਤੰਦਰੁਸਤ ਹੋਏਗਾ, ਸਹੀ ਖਾਏਗਾ, ਅਤੇ ਇਨਸ਼ਾਅੱਲਾ ਤਾਲਾ ਤੁਹਾਡੀ ਦੁਆ ਦੇ ਨਾਲ ਆਪਾਂ ਇਹਨੂੰ ਸੈੱਟ ਕਰਾਂਗੇ, ਗੋਲੂ ਮੱਲੂ ਕਰਾਂਗੇ, ਤੁਸੀਂ ਦਿਨਾਂ 'ਚ ਦੇਖੋਗੇ ਅਤੇ ਕਿਸ ਤਰ੍ਹਾਂ ਹੋ ਜਾਏਗੀ। ਠੀਕ ਹੈ ਜੀ, ਅਤੇ ਜਾਨਵਰ ਕੇਅਰ ਦੇ ਨਾਲ ਹੀ ਬਣਦੇ ਆ, ਕੇਅਰ ਤਵੱਜਾ ਦੇ ਨਾਲ। ਠੀਕ ਹੈ ਜੀ, ਉਹਨੂੰ ਖੁਰਾਕ ਵੀ ਪਾਉਣੀ ਪੈਂਦੀ, ਖਾਲੀ ਖਾਣਾ ਹੀ ਨਹੀਂ ਹੁੰਦਾ, ਉਹਨੂੰ ਟਾਈਮ ਨਾਲ ਖੋਲ੍ਹਣਾ ਪੈਂਦਾ, ਪਿਸ਼ਾਬ ਕਰਾਉਣਾ ਪੈਂਦਾ, ਸਭ ਤੋਂ ਮੇਨ ਚੀਜ਼ ਆ ਉਹਦੀ ਮੈਡੀਸਨ ਦਾ ਧਿਆਨ ਰੱਖਣਾ ਪੈਂਦਾ, ਉਹਨੂੰ ਕਿਹੜੀ ਚੀਜ਼ ਦੇਣੀ, ਕਿਹੜੀ ਚੀਜ਼ ਨਹੀਂ ਦੇਣੀ, ਬੱਚੇ ਦੀ ਖੁਰਾਕ ਹੋਰ ਆ, ਵੱਡੇ ਦੀ ਖੁਰਾਕ ਹੋਰ ਆ, ਕਿਹੜੀ ਚੀਜ਼ ਕਦੋਂ ਡਿਵਰਮ ਕਰਨਾ, ਕਿਹੜੀ ਚੀਜ਼ ਦੇਣੀ, ਨਵਾਉਣਾ ਧਵਾਉਣਾ, ਹਰ ਚੀਜ਼ ਦਾ ਖਿਆਲ ਕਰਨਾ ਪੈਂਦਾ। ਅਤੇ ਤੁਹਾਡੇ ਸਾਹਮਣੇ ਹੁਣ ਵੇਖੋ, ਖਾ ਕੇ ਇਹਦੇ ਵਿੱਚੋਂ ਪੀ ਕੇ ਪਿੱਛੇ ਹੋ ਗਈ, ਹੁਣ ਖੁੱਲ੍ਹੀ ਆ, ਬਰਲ ਮੈਂ ਛੱਡਣਾ ਨਹੀਂ ਹੈਗਾ ਕਿਉਂਕਿ ਮੋਟੋ 'ਤੇ ਕੁਛ ਨਹੀਂ ਕਹਿੰਦੀ ਹੈਗੀ, ਬਰਲ ਆ ਬਿੱਲੋ ਜਿਹੜੀ ਹੈ ਨਾ, ਬਿੱਲੋ ਪੈ ਜਾਂਦੀ ਹੈ, ਅਤੇ ਬਿੱਲੋ ਹੁਣ ਬਾਹਰ ਬੰਨੀ ਹੋਈ ਹੈ, ਬੱਚਿਆਂ ਨੂੰ ਮੈਂ ਥੋੜ੍ਹਾ ਡੋਗ ਫੂਡ ਪਾਵਾਂਗਾ, ਡੋਗ ਫੂਡ ਪਾਉਣ ਤੋਂ ਬਾਅਦ ਅਤੇ ਫਿਰ ਇਹਨੂੰ ਅੰਦਰ ਬੰਨਾਂਗਾ। ਸੀਨ ਵੇਖੋ ਤੁਸੀਂ, ਇੱਕ ਕਾਲਾ ਬੱਚਾ ਕਿੱਧਰ ਗਿਆ, ਇੱਕ ਕਾਲਾ ਬੱਚਾ ਇੱਧਰ ਬੈਠਾ, ਉਹ ਮੇਰੇ ਤਰੋਂ ਕਢਾ ਤੇ, ਮੈਂ ਕਿਹਾ ਇੱਕ ਕਾਲਾ ਬੱਚਾ ਹੈ ਹੀ ਨਹੀਂ ਇੱਥੇ, ਬੱਚੇ ਕਿੱਧਰ ਗਏ, ਉਹ ਇੱਧਰ ਲੁੱਕ ਕੇ ਬੈਠਾ ਹੋਇਆ ਸੀਗਾ ਪਾਣੀ ਵਾਲੇ ਟੱਪ ਦੀ ਸਾਈਡ ਦੇ ਉੱਤੇ, ਉਹਨੂੰ ਪਤਾ ਲੱਗ ਗਿਆ ਹੁਣ। ਹੋਰ ਹੀ ਬੱਚੇ ਆ ਗਏ ਨੇ, ਅਤੇ ਮੈਂ ਤਾਂ ਇੱਕਦਮ ਯਕੀਨ ਕਰੋ ਕਿ ਡਰ ਹੀ ਗਿਆ, ਮੈਂ ਕਿਹਾ ਕਿ ਬੱਚਾ ਕਿੱਧਰ ਗਿਆ, ਕੋਈ ਚੱਕ ਕੇ ਤਾਂ ਨਹੀਂ ਲੈ ਗਿਆ ਇੱਥੋਂ, ਅਤੇ ਦੇਖਿਆ ਇੱਧਰਲੀ ਸਾਈਡ 'ਤੇ ਅਲੱਗ ਇੰਨੀ ਜਗ੍ਹਾ ਵੀ ਨਹੀਂ ਹੈ ਜਿੱਥੇ ਲੁੱਕ ਕੇ ਬੈਠਾ ਹੋਇਆ ਸੀਗਾ। ਇਹ ਹੁਣ ਮੈਂ ਕੈਨ ਕੱਟ ਕੇ ਅਤੇ ਇਸ ਕਰਕੇ ਰੱਖਿਆ ਹੋਇਆ ਵਾ ਕਿ ਛੋਟੇ ਬਰਤਨ ਦੇ ਨਾ ਕੋਲੇ 'ਚ ਇਹ ਪਾਣੀ ਵਿੱਚ ਬੱਚੇ ਤੁਰਨ ਫਿਰਨ ਲੱਗ ਪਏ, ਵਿੱਚ ਡਿੱਗ ਨਾ ਜਾਣ, ਜਾਂ ਜਿਸ ਤਰ੍ਹਾਂ ਚੂਜ਼ੇ ਮਾਰਦੇ ਰਹੇ, ਇਸ ਕਰਕੇ ਵੱਡਾ ਬਰਤਨ ਰੱਖਿਆ, ਔਰ ਇਹਦੇ 'ਚ ਪਾਣੀ ਜ਼ਿਆਦਾ ਪੈ ਜਾਂਦਾ ਅਤੇ ਕਾਣੀ ਨੂੰ ਰਾਤ ਵੀ ਪਿਆਸ ਲੱਗਦੀ, ਗੋਸ਼ਤ ਖਾਂਦੇ ਆ ਜਦੋਂ ਫਿਰ ਗਾਹਰੀ ਘਰ ਤਲਕੀ ਹੁੰਦੀ ਹੈ, ਤੋ ਇਸ ਕਰਕੇ ਵੱਡਾ ਬਰਤਨ ਪਾਣੀ ਦਾ ਰੱਖਿਆ ਹੈ। ਇਹਦੇ ਵੀ ਹੁਣ ਮੈਂ ਪਾਣੀ ਚੇਂਜ ਕਰਾਂਗਾ, ਉਹ ਲੱਭਦੇ ਪਏ ਮਾਂ ਕਿੱਥੇ ਆ, ਠੀਕ ਹੈ, ਉਹ ਦੋ ਮੂੰਹ ਮਾਰੇ ਉਹਦੇ ਨੱਸ ਗਏ ਆ, ਰਹਿਣ ਲੱਗੇ ਹੋਏ। ਹਾਂ 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 ਠੀਕ ਹੈ ਠੀਕ ਹੈ। ਅਤੇ ਅੱਜ ਮੈਂ ਇੱਕ ਦੋਸਤ ਦਾ ਕਮੈਂਟ ਪੜਿਆ, ਉਹ ਕਹਿੰਦਾ ਕਿ ਸਲਾਮ ਭਾਈ, ਰੈਡ ਡੋਗ ਤੁਸੀਂ ਰੱਖਣਾ ਬੱਚਾ ਜਿਹੜਾ, ਤਾਂ ਰੈਡ ਦਾ ਨਾਂ ਲਾਈਗਰ ਦੀ ਯਾਦ ਵਿੱਚ ਲਾਈਗਰ ਰੱਖ ਦਿਓ। ਮੇਰਾ ਇੰਨਾ ਕੁ ਦਿਲ ਖੁਸ਼ ਹੋਇਆ ਤਾਂ ਕਮੈਂਟ ਪੜ ਕੇ, ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਮੈਂ ਉਹਨੂੰ ਥੱਲੇ ਰਿਪਲਾਈ ਵੀ ਕੀਤਾ ਕਿ ਕਿਆ ਬਾਤ ਹੈ ਯਾਰ, ਅਖੀਰ ਦੀ ਮੁਹੱਬਤ ਮੈਂ ਵੇਖੀ ਉਸ ਬੰਦੇ ਦੀ ਯਾਰ ਕਮੈਂਟ ਦੇ ਵਿੱਚ, ਅਤੇ ਮੇਰਾ ਇੱਕਦਮ ਮੈਨੂੰ ਸਾਰਾ ਲਾਈਗਰ ਵਾਲੇ ਸੀਨ ਯਾਦ ਆ ਗਿਆ, ਮੈਂ ਜਦੋਂ ਲੈ ਕੇ ਆਇਆ, ਜਦੋਂ ਉਹ ਕਿਸ ਤਰ੍ਹਾਂ ਸਾਡੇ ਕੋਲ ਆਇਆ ਬਿਮਾਰ, ਇੱਕਦਮ ਸਾਰੀ ਯਾਨੀ ਮੈਮਰੀ ਨਾ ਫੁੱਲ ਕਲਿੱਕ ਕਰਦੇ, ਜਿਵੇਂ ਮੋਬਾਈਲ 'ਤੇ ਤਸਵੀਰਾਂ ਖੁੱਲ੍ਹ ਜਾਂਦੀਆਂ ਨਾ, ਯਕੀਨ ਕਰੋ ਉਹਦਾ ਨਾਂ ਲਾਈਗਰ ਦਾ ਸੁਣਦਾ ਸਾਰੀ, ਮੇਰਾ ਸਾਰਾ ਉਹਦਾ ਫਲੈਸ਼ਬੈਕ ਜਾ ਕੇ ਨਾ ਹਰ ਚੀਜ਼ ਸਾਹਮਣੇ ਖੁੱਲ੍ਹ ਗਿਆ ਜੀ।
ਮੈਂ ਕਿਹਾ ਯਾਰ ਸਲਾਮ ਆ ਵੀਰੇ ਤੇਰੀ ਮੁਹੱਬਤ ਨੂੰ, ਤੇ ਤੇਰੀ ਮੁਹੱਬਤ ਦੀ ਖਾਤਰ ਇਹਨਾਂ ਨਾਲ ਲਾਇਕ ਰੱਖਾਂਗੇ ਬੜਾ, ਜਿਹੜਾ ਮੈਂ ਸੋਚਿਆ ਮੈਂ ਤੁਹਾਨੂੰ ਵਲੌਗ ਦੇ ਵਿੱਚ ਅੱਗੇ ਦੱਸਾਂਗਾ ਐਂਡ ਦੇ ਉੱਤੇ ਕਿ ਮੈਂ ਇਹਨਾਂ ਦੇ ਨਾਮ ਕੀ ਸੋਚੇ ਹੋਏ ਸੀਗੇ। ਬਹਰਾਲ ਜੇ ਤੇਰੀ ਮੁਹੱਬਤ ਚਾਹੀਦੀ ਹੈ ਇਹਨਾਂ ਦੇ ਦੋਸਤੋ ਕਹਿ ਦਿਓ ਕਮੈਂਟ ਕਰਕੇ, ਜੇ ਲਾਈਕਰ ਕਹੋਗੇ ਤਾਂ ਰੈਡ ਦਾ ਨਾਮ ਲਾਈਕਰ ਹੀ ਰੱਖ ਜਾਵਾਂਗੇ ਤੇ ਇਸ ਬੰਦੇ ਦੀ ਖਾਤਰ, ਠੀਕ ਆ, ਇਸ ਬੰਦੇ ਦੇ ਕਹਿਣ ਦੇ ਨਹੀਂ ਤਾਂ ਲਾਈਕਰ ਰੱਖਣਾ ਨਹੀਂ ਸੀ ਹੈਗਾ। ਯਾਰ ਕਮਾਲ, ਤੁਸੀਂ ਯਕੀਨ ਨਹੀਂ ਕਰਨਾ ਮੇਰਾ ਇੰਨਾ ਦਿਲ ਖੁਸ਼ ਹੈ ਬੰਦੇ ਦਾ ਕਮੈਂਟ ਪੜ੍ਹ ਕੇ। ਯਾਰ ਮੈਂ ਕਿਹਾ ਵਿਹਲਾ ਬੰਦੇ ਦੀ ਕਿੰਨੀ ਮੁਹੱਬਤ ਆ, ਕਹਿੰਦਾ ਅਰਸਲਾਨ ਬਾਈ ਰੈਡ ਡੌਗ ਆਪ ਨੇ ਰੱਖਣਾ ਤੋ ਇਸਕਾ ਲਾਈਕਰ ਕੀ ਯਾਦ ਮੈਂ ਇਸਕਾ ਨਾਮ ਲਾਈਕਰ ਰੱਖ ਦੇ। ਤੁਸੀਂ ਕਮੈਂਟ ਕਰਕੇ ਦੱਸੋ ਕਿ ਲਾਈਕਰ ਰੱਖੇ ਕਿ ਨਹੀਂ, ਤੇ ਵਲੌਗ ਦੇ ਐਂਡ ਵਿੱਚ ਤੁਹਾਨੂੰ ਮੈਂ ਦੱਸ ਦਵਾਂਗਾ ਮੈਂ ਕੀ ਨਾਮ ਰੱਖਣਾ ਇਹਨਾਂ ਦੇ। ਅੱਜ ਕਮਾਂਡੋ ਦਾ ਜੀ ਟਿੱਕ ਫੀਵਰ ਦਾ ਆਖਰੀ ਇੰਜੈਕਸ਼ਨ ਆ ਜੀ, 21 ਦਿਨ ਹੋ ਗਏ ਲੱਗਦੇ ਨੂੰ, ਜਿਹੜੀ ਰੈਸਕਿਊ ਕੀਤੀ ਸੀ। ਮੈਂ ਕਿਹਾ ਇਹਨੂੰ ਵੀ ਇੱਕ ਦਫਾ ਚੈੱਕ ਕਰਵਾ ਲਈਏ ਕਿ ਤੈਨੂੰ ਵੀ ਟਿੱਕ ਫੀਵਰ ਤਾਂ ਨਹੀਂ, ਕਿਉਂਕਿ ਇਹਦੀ ਬੋਡੀ ਬੜੀ ਹੀਟ ਰਹਿੰਦੀ, ਉਹਦਾ ਖਾਣ ਪੀਣ 'ਤੇ ਲੱਗ ਪਈ ਹੈ, ਮਤਲਬ ਬੋਡੀ ਬਹੁਤ ਹੀਟ ਹੁੰਦੀ ਹੈ ਇਹਦੀ। ਅਤੇ ਨਾਲ ਫਿਰ ਮੋਟੋ ਦਾ ਅੱਜ ਅਲਟਰਾਸਾਊਂਡ ਕਰਾਉਣਾ, ਇਹ ਮਹੀਨਾ ਹੋ ਗਿਆ ਮੋਟੋ ਨੂੰ। ਬਾਕੀ ਲੱਗ ਤਾਂ ਦੋਸਤੋ ਬਿਲਕੁਲ ਮੈਨੂੰ ਪੋਜ਼ਿਟਿਵ ਰਹੀ ਹੈ, ਪਰ ਫਿਰ ਵੀ ਇੱਕ ਦਫਾ ਅਲਟਰਾਸਾਊਂਡ ਕਰਵਾ ਲਈਏ ਤਾਂ ਕਨਫਰਮ ਹੋ ਜਾਏਗਾ ਜੀ। ਅਸਲਾਮ ਅਲੈਕਮ, ਕੀ ਹਾਲ ਹੈ ਸਾਰੇ ਦੋਸਤਾਂ, ਜਨਾਬ ਕਰਦੇ ਹਾਂ ਅੱਜ ਦੇ ਵਲੌਗ ਦਾ ਆਗਾਜ਼। ਸਭ ਤੋਂ ਪਹਿਲੇ ਮੈਂ ਅੱਜ ਜਿਹਨੇ ਸਾਰੇ ਜਾਨਵਰਾਂ ਦਾ ਆਪਣਾ ਕੰਮ ਸ਼ਾਮ ਨਿਬੇੜਨ ਤੋਂ ਬਾਅਦ ਪਹੁੰਚੇ ਹਾਂ ਅੱਜ ਅਸੀਂ ਇਹਨਾਂ ਨੂੰ ਚੈੱਕ ਕਰਵਾਉਣ ਲਈਏ, ਕਿਉਂਕਿ ਅੱਜ ਇੰਤਹਾਈ ਸਾਡਾ ਪਹੁੰਚਣਾ ਜ਼ਰੂਰੀ ਸੀ। ਕਮਾਂਡੋ ਨੂੰ ਅੱਜ ਇੰਜੈਕਸ਼ਨ ਲੱਗਣਾ, ਸਰਾਣਾ ਮੈਂ ਅੱਜ ਮੇਰੇ ਨਾਲ ਆਇਆ ਜਨਾਬ, ਠੀਕ ਹੈ। ਅਤੇ ਕਮਾਂਡੋ ਪਹਿਲੇ ਸਭ ਤੋਂ ਮੋਟਰ ਲੱਗੇ ਅਲਟਰਾਸਾਊਂਡ ਕਰਾਉਣ, ਉਹਨੂੰ ਅੰਦਰ ਲੈ ਕੇ ਜਾਵਾਂਗਾ, ਤੁਸੀਂ ਰੱਖਣਾ ਬੰਦ ਨਹੀਂ ਇੱਥੇ ਛਾਂ 'ਤੇ, ਅੱਛਾ, ਉਹ ਬੱਚੇ ਨੇ ਆਪਣੇ ਦੇ ਕੋਲ ਬੈਠੇ ਰਹਿਣਾ ਉੱਥੇ। ਜ਼ਿਆਦਾ ਇਹ ਵਾਲੇ ਇਸਤੇਮਾਲ ਹੁੰਦੇ ਨੇ ਜੋ ਨੂੰ ਬਸ, ਜਾਂ ਜਦ ਬੱਚੇ ਛੋਟੇ ਹੁੰਦੇ ਜੇ ਵਾਲੇ। ਹਾਂ ਓਫਰ ਲੱਗ ਰਹੀ ਹੈ, ਕਮਾਂਡੋ ਵੀ ਚੈੱਕ ਕਰਵਾ ਲਿਆ, ਠੀਕ ਹੈ। ਤੇ ਫਾਈਨਲੀ ਸਾਰੇ ਜਨਾਬ ਚੈੱਕ ਹੋ ਗਏ ਨੇ, ਤੇ ਮੋਟੋ ਮਾਸ਼ਾਅੱਲਾ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਦਾ ਨਾ ਪ੍ਰੈਗਨੈਂਟ ਹੈ, ਤੇ ਮੋਟੋ ਮਾਸ਼ਾਅੱਲਾ ਪ੍ਰੈਗਨੈਂਟ ਹੀ ਲੱਗ ਰਹੀ ਹੈ, ਠੀਕ ਹੈ। ਅਤੇ ਆਹ ਲਿਆ ਇੱਧਰ ਲਿਆ ਲਿਆ ਲਿਆ, ਹਾਲਾਂਕਿ ਇੱਕ ਮਹੀਨੇ ਤੋਂ ਅਲਟਰਾਸਾਊਂਡ ਨਹੀਂ ਕਰਦੇ, ਕਹਿੰਦੇ ਕਿ ਥੋੜ੍ਹਾ ਲੇਟ ਹੋਏਗੀ, ਬਰਲ ਮੈਂ ਕਿਹਾ ਚਲੋ ਕਰਦੇ ਹਾਂ। ਇੰਨੀ ਹੁਣ ਮੈਨੂੰ ਵੀ ਸਮਝ ਲੱਗੀ ਮਾਸ਼ਾਅੱਲਾ ਪ੍ਰੈਗਨੈਂਟ ਆ ਮੋਟੋ, ਅਤੇ ਕੋਈ ਨਹੀਂ, ਹਾਲਾਂ ਕਰਕੇ ਤਾਂ ਹੋਰ ਕੁਛ ਦੇਣਾ ਵਾਜ ਹੋ ਜਾਣੀ ਵੈਸੇ ਹੀ। ਅਤੇ ਲਿਆ ਵੀ ਲਿਆ ਹੁਣ ਇਹਨੂੰ, ਖੋਲਿਆ ਖੋਲਿਆ, ਧਿਆਨ ਨਾਲ ਧਿਆਨ, ਭਿਆ ਜਾਣਾ ਮੋਟੋ, ਆ ਜਾ ਅੰਦਰ, ਆ ਜਾ ਅੰਦਰ, ਆ ਜਾ, ਸ਼ਾਬਾਸ਼, ਮੈਨੂੰ ਫੜਾ ਦੇ ਸਾਰੇ ਨੇ, ਭਿਆ ਜਾਣਾ ਅੰਦਰ, ਚੱਲ ਤੂੰ ਕਸੂਰੀ ਨਿੱਕੀ ਨੂੰ ਵਾੜ, ਆ ਜਾ ਆ ਜਾ, ਸ਼ਾਬਾਸ਼, ਸਾਨੂੰ ਬਿਠਾ ਰਿਹਾ, ਚੱਲ ਦਰਵਾਜ਼ਾ ਲਾ ਦੇ, ਸਾਡੇ ਡਿੱਗੀ ਦਾ ਲਾਗ ਨਹੀਂ ਸੀ ਖੋਲਦਾ ਪਿਆ, ਹੁਣ ਸਾਰੇ ਫੈਮਿਲੀ ਅੰਦਰ ਆ ਗਈ ਫਰੀ ਦੇ, ਉਹ ਦੇਖੋ ਉਹਦਾ ਜ਼ਖਮ ਝੱਟ ਰਿਹਾ, ਹੈਂ ਧੋਲਾ ਧੋਲਾ ਜਲਦੀ ਆ ਜਾ ਫਿਰ, ਹਾਂ ਹਾਂ ਉਹਦਾ ਜ਼ਖਮ ਹੋਇਆ ਕੱਲ੍ਹ, ਉਹ ਲੜੇ ਸੀ ਮੋਟਰ ਦਾ ਤਾਂ ਜ਼ਖਮ ਝੱਟ ਰਿਹਾ ਵਾ, ਬੜਾ ਪਿਆਰ ਮੁਹੱਬਤ ਇਹਨਾਂ ਦਾ ਆਪਸ ਦੇ ਵਿੱਚ, ਬਈ ਦੇਖ ਉਹਨੂੰ ਜ਼ਖਮ ਹੋਇਆ ਦਿਨ ਝੱਟ ਰਿਹਾ, ਇਹ ਤੇਰੀ ਬੇਗਮ ਨਹੀਂ ਹੈਗੀ, ਜੁਗਨੂ ਦੀ ਬੇਗਮ ਹੈ। ਅਤੇ ਇਹ ਵੀ ਉਹਨਾਂ ਨੇ ਕਿਹਾ ਜੀ ਠੀਕ ਹੈ, ਬਿਲਕੁਲ ਟੈਂਪਰੇਚਰ ਇਹਨੂੰ ਆਪਣਾ ਸੀਗਾ, ਇੰਜੈਕਸ਼ਨ ਉਹਨੇ ਲਾ ਦਿੱਤਾ ਜੀ ਛੋਟੀ ਨੂੰ ਵੀ,
ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹਨੂੰ ਆਪਣਾ ਨਾ ਹੁਣ ਨਹਿਲਾਇਆ ਕਰੋ ਸੁਬਹ ਦੁਪਹਿਰ ਸ਼ਾਮ, ਤਾਂ ਕਿ ਇਹਦਾ ਟੈਂਪਰੇਚਰ ਇਹਨੂੰ ਨਾ ਹੋਵੇ, ਗਰਮੀ ਦੀ ਵਜ੍ਹਾ ਨਾਲ ਬੱਚਾ ਇੱਦਾਂ ਕਰ ਰਿਹਾ ਛੋਟਾ। ਬਾਕੀ ਅਲਹਮਦੁਲਿਲਾ ਸਾਰੇ ਜਾਨਵਰ ਠੀਕ ਨੇ, ਕਮਾਂਡੋ ਵੀ ਮਾਸ਼ਾਅੱਲਾ ਅੱਗੇ ਨੂੰ ਬਿਹਤਰ ਨਾਲ ਚੈੱਕ ਕਰ ਲਿਆ, ਅਤੇ ਮੋਟੋ ਵੀ ਕਿਆ ਹੀ ਬਾਤ ਹੈ। ਡੋਗ ਫੂਡ ਦਾ ਪਾਣੀ ਕੱਢ ਕੇ ਇਹਨੂੰ ਪਾ ਦਿੱਤਾ, ਡੋਗ ਫੂਡ ਉਹਨੂੰ ਰੱਖਦਾ ਮੈਂ, ਜਿਹੜਾ ਉਹਨੇ ਖਾਣਾ ਖਾ ਲਵੇ, ਬਾਕੀ ਦੂਸਰੇ ਛੋਟਿਆਂ ਬੱਚਿਆਂ ਨੂੰ ਪਾ ਦਿਆਂਗੇ। ਥੋੜ੍ਹਾ ਦੂਰ ਖੜ੍ਹੇ ਇਸ ਕਰਕੇ ਸਾਡੇ ਆਰੇ ਲੱਗ ਜਾਂਦੀ, ਫਿਰ ਖਾਂਦੀ ਨਹੀਂ ਹੈਗੀ। ਮਾਸ਼ਾਅੱਲਾ ਵੇਖੋ ਰੱਜ ਕੇ ਲੱਗੀ ਖਾਂਦਾ, ਕਿ ਕੁਛ ਵੀ ਨਹੀਂ ਹੈਗਾ, ਸਿਰਫ ਉਹਨੂੰ ਨਹਿਲਾਓ, ਥੋੜ੍ਹਾ ਰੈਸਟ ਕਰ ਲਵੇ ਅਤੇ ਫਿਰ ਨਵਾਵਾਂਗੇ ਇਹਨੂੰ। ਮੋਟਰ ਚਲਾਈ ਹੋਈ ਤਾਂ ਕਿ ਠੰਡਾ ਪਾਣੀ ਨਿਕਲ ਆਵੇ ਨਹੀਂ ਦੇਰ। ਤੋ ਲੱਗੀ ਮਾਸ਼ਾਅੱਲਾ ਵੇਖੋ, ਇੱਕ ਦਵਾ ਜਿੰਨਾ ਇਹਨੇ ਖਾਣਾ ਆਪਣਾ ਖਾ ਕੇ ਪਿੱਛੇ ਹਟ ਜਾਏਗੀ ਨਾ, ਫਿਰ ਬਾਕੀ ਬੱਚਿਆਂ ਨੂੰ ਦੂਸਰਿਆਂ ਨੂੰ ਪਾ ਦਿਆਂਗੇ। ਉਹਦਾ ਪਾਣੀ ਕੱਢ ਕੇ ਮੈਨੂੰ ਬੁਲਾਤਾ ਕਾਣੀ ਨੂੰ, ਕੌਲਾ ਪੂਰਾ ਭਰ ਕੇ ਦੇ ਪੀ ਗਈ। ਬੜੀ ਜਾਨਵਰਾਂ ਨੂੰ ਵੇਖੋ ਕਿੰਨੇ ਬੁਰੇ ਹਾਲ ਹੋਏ ਪਏ, ਇੱਕ ਦਫ਼ਾ ਜ਼ਰਾ ਸਾਹ ਲੈ ਲੈਣਾ, ਸਾਰਿਆਂ ਨੂੰ ਨਵਾਉਣਾ ਇੱਕ ਦਫ਼ਾ ਸਾਰਿਆਂ ਨੂੰ ਨਾ। ਇਹ ਖਾ ਲਈ ਅਤੇ ਬਾਕੀ ਮੈਂ ਬੱਚਿਆਂ ਰੱਖਣ ਲੱਗਾ, ਮੈਂ ਦਰਵਾਜ਼ਾ ਖੋਲੀ ਯਾਰ, ਦਰਵਾਜ਼ਾ ਖੋਲੀ, ਦੂਸਰੇ ਬੱਚਿਆਂ ਨੂੰ ਰੱਖਾਂ ਯਾਰ, ਨਰਮ ਹੋਈ ਆ। ਦੇਖਿਆ ਸ਼ੋਰ, ਹੈ ਸ਼ੋਰ ਸੁਣਿਆ ਜੀ, ਸ਼ੋਰ ਕਾਹਦਾ ਭਲਾ, ਭੁੱਖ ਦਾ ਸ਼ੋਰ ਆ, ਭੁੱਖ ਦਾ। ਦੇਖੋ ਦੋ ਆ ਸੁੱਤੇ ਪਏ ਆ, ਬਾਕੀ ਉਹ ਲੱਗੇ ਤਾਂ ਕੁਛ ਰੌਲਾ ਪਾਉਣ ਲੱਗਾ। ਇੱਥੇ ਸੈਂਟਰ 'ਚ ਕਰਕੇ ਰੱਖਦਾ ਫਿਰ ਇਹਨਾਂ ਨੂੰ ਸਹੀ ਰਹੇਗੀ। ਲਓ ਜੀ ਹੁਣ ਰੱਖ ਦਿੱਤੀ ਜੀ ਖੁਰਾਕ ਸੈਂਟਰ 'ਚ ਕਰਕੇ, ਤਾਂ ਮਾਹਿਰਾਂ ਨੂੰ ਸਾਰਿਆਂ ਨੂੰ ਬਾਹਰ ਲੱਗ ਗਿਆ ਖਾਣ ਦਾ, ਠੀਕ ਆ। ਇਹਨਾਂ ਨੂੰ ਵੀ ਜਾਗ ਆ ਗਈ ਜੀ, ਉਹ ਇੱਧਰ ਨੂੰ ਨਹੀਂ ਵੇਖਣਾ ਭਾਈ, ਮੇਰੇ ਵੱਲ ਨਹੀਂ ਵੇਖਣਾ, ਇੱਧਰ ਨੂੰ ਜਾਣਾ ਜਿੱਧਰ ਨੂੰ ਖੁਰਾਕ ਆ, ਇੱਧਰ ਨੂੰ ਆਓ ਤਰਾ। ਦੇਖੋ ਹੁਣ ਮੱਠਾ ਮੱਠਾ ਲੱਗ ਪਿਆ ਜੇ ਨਾ, ਇਹਨਾਂ ਝੱਟ ਲਾਉਣਾ ਮਾਸ਼ਾਅੱਲਾ, ਕਿੱਡਾ ਸੋਹਣਾ ਫੁੱਲ ਬਣਿਆ ਹੋਇਆ ਜੀ, ਠੀਕ ਹੈ। ਅਤੇ ਫੁੱਲ ਸਾਡਾ ਟੁੱਟ ਗਿਆ ਵਾ, ਇਹਦੇ ਵਿੱਚ ਇਹ ਬੱਚਾ ਸੇਲ ਹੋ ਗਿਆ ਇੱਕ, ਜਿਹੜਾ ਨਾ ਜਿਹਦਾ ਜ਼ਿਆਦਾ ਬਲੈਕ ਫੇਸ ਆ, ਉਹ ਬੱਚਾ ਸੇਲ ਹੋ ਗਿਆ, ਇਹ ਨੁੱਕਰ ਵਾਲਾ ਜਿਹੜਾ ਆ। ਅਤੇ ਬਾਕੀ ਦੋ ਮੈਂ ਆਪ ਰੱਖਣੇ, ਅਤੇ ਬਾਕੀ ਦੋ ਜਿਹੜੇ ਆ ਮੇਲ, ਤਿੰਨ ਫੀਮੇਲ ਆ, ਉਹ ਵੀ ਸੇਲ ਕਰਨੀਆਂ ਨੇ। ਦੇਖੋ ਹੁਣ ਖਾਣ ਪੀਣ ਲੱਗ ਪਏ ਬੱਚੇ, ਜੇ ਪੱਠੀ ਵੀ ਕਰਾਸ ਹੋਣ ਲੱਗ ਪਈ ਯਾਰ, ਉਹ ਪੱਠੀ ਵੀ ਕਾਲੇ ਮੁਰਗੇ ਕੋਲੋਂ ਕਰਾਸ ਹੋ ਗਈ ਸੀ ਅੱਜ ਮੇਰੀ ਅੱਖਾਂ ਦੇ ਸਾਹਮਣੇ। ਲਓ ਜੀ ਮੈਸਮ ਭਾਈ ਨੇ ਅਲੀਪੁਰ ਚੱਠੇ ਦੇ ਸਾਡੇ ਕੋਲ ਆਏ, ਕਿਸੇ ਦੋਸਤ ਨੂੰ ਵੀਡੀਓ ਕਾਲ ਤੇ ਮੋਟਰ ਚੈੱਕ ਕਰਾ ਰਹੇ, ਬੁਰਾਈਆਂ ਕਰ ਰਹੇ ਕਿ ਤਰੀਫਾਂ ਕਰ ਰਹੇ, ਬੁਰਾਈਆਂ ਕਰ ਰਹੇ। ਚਲੋ ਕੋਈ ਗੱਲ ਨਹੀਂ, ਜਿੱਥੇ ਸਾਰੀ ਦੁਨੀਆ ਕਰਦੀ ਤੁਸੀਂ ਵੀ ਕਰ ਲਓਗੇ ਤਾਂ ਖੈਰ। ਮੈਸਮ ਭਾਈ ਅੱਜ ਆਪਣੇ ਕੋਲ ਦੂਸਰੀ ਦਫਾ ਆਏ ਆ, ਇੱਕ ਦਫਾ ਪਹਿਲੀ ਦਫਾ ਆਏ ਜੇ ਰੋਕੀ ਸੀਗਾ ਆਪਣੇ ਕੋਲ ਸਪੈਸ਼ਲ ਅਲੀਪੁਰ ਚੱਠੇ ਤੋਂ ਜਨਾਬ ਸਾਨੂੰ ਮਿਲਣ ਵਾਸਤੇ, ਤੇ ਰੋਕੀ ਨੂੰ ਵੇਖਣ ਵਾਸਤੇ। ਅੱਜ ਹੁਣ ਸਾਰੇ ਜਾਨਵਰ ਦੇਖੇ ਆ, ਇਹਨਾਂ ਨੇ ਕੋਈ ਦੋਸਤ ਆ ਬਾਹਰ, ਉਹਨਾਂ ਨੂੰ ਵਿਖਾ ਰਿਹਾ, ਮੈਂ ਕਿਹਾ ਚਲੋ ਤੁਸੀਂ ਵੀ ਸ਼ੌਕ ਕਰੋ ਤੇ ਮੈਂ ਵੀ ਤੇਰਾ ਕੰਮ ਸ਼ਾਮ ਮਿਲ ਲਵਾਂ। ਕਮਾਂਡੋ ਅੱਜ ਫਿਰ ਚੈੱਕ ਕਰਾ ਕੇ ਲਿਆ, ਤੁਹਾਨੂੰ ਪਤਾ ਜਿਸ ਤਰ੍ਹਾਂ ਕਿ ਮਾਸ਼ਾਅੱਲਾ ਕਾਫੀ ਬਿਹਤਰ ਆ, ਤੇ ਇਹ ਤਾਂ ਹੁਣ ਕਿਹਾ ਹੀ ਬਾਤ ਆ ਜੀ, ਖੁੱਲੀ ਫਿਰਦੀ ਆ, ਆਜ਼ਾਦ ਉਮੀਦਵਾਰ ਆ ਸਾਰੀ ਆਪਣੀ, ਤੇ ਇਹਦੀ ਵੀ ਫਿਰ ਕਿਆ ਹੀ ਬਾਤ ਹੈ। ਇਹ ਮੈਸਮ ਭਾਈ ਨੂੰ ਬੜਾ ਪਸੰਦ ਆਇਆ, ਤੇ ਕਹਿੰਦੇ ਕਿ ਮੇਰਾ ਦਿਲ ਕਰਦਾ ਕਿ ਮੈਂ ਲੈ ਜਾਵਾਂ, ਮੈਂ ਸੱਤ ਬਿਸਮਿਲਾ ਭਰਾਵਾਂ ਨੂੰ ਕਿਹੜੀਆਂ ਛਾਵਾਂ ਚੰਗੀਆਂ ਜੀ, ਤੇ ਕਹਿੰਦੇ ਮੈਂ ਲਿਜਾਣਾ ਤੇ ਭਾਈ ਲੈ ਜਾਵੋ। ਉਹਨਾਂ ਕੋਲ ਬਰਲ ਵਲੈਤੀਆਂ ਦਾ ਸ਼ੌਕ ਨਹੀਂ ਹੈਗਾ, ਬਰਲ ਕਹਿੰਦੇ ਵਲੈਤੀ 'ਚ ਨਸਲ ਦੇ ਵਿੱਚ ਸਲਾਮ ਬਾਈ ਕਿਆ ਹੀ ਕਮਾਲ ਚੀਜ਼ ਆ, ਜਿਸ ਬੰਦੇ ਨੂੰ ਸ਼ੌਕ ਆ ਉਸ ਚੀਜ਼ ਨੂੰ। ਤੇ ਹੁਣ ਮਾੜਾ ਜਿਹਾ ਪੁੱਛਦੇ ਇਹਨਾਂ ਨੂੰ ਸਾਡੇ ਜਾਨਵਰਾਂ 'ਚ ਕਾਲੇ ਤੋਂ ਇਲਾਵਾ ਹੋਰ ਕਿਹੜਾ ਜ਼ਿਆਦਾ ਪਸੰਦ ਆਇਆ, ਕਿਉਂਕਿ ਇੱਕ ਬੰਦਾ ਜਿਹੜਾ ਸ਼ੌਕੀਨ ਆ, ਜਿਸ ਨਸਲ ਨੂੰ ਸਮਝਦਾ ਵਾ ਉਹਨੂੰ ਪਤਾ ਹੁੰਦਾ ਕਿ ਇਸ ਚੀਜ਼ ਦੇ ਵਿੱਚ ਕੀ ਕੁਆਲਿਟੀ ਕੀ ਗੱਲਬਾਤ ਆ। ਕਹਿ ਰਹੇ ਆ ਆਪਣੇ ਦੋਸਤ ਮੇਨ, ਸ਼ਾਇਦ ਕਹਿੰਦਾ ਵਿਖਾਣੀ ਵਿਖਾਣੀ ਭੁੱਲ ਗਿਆ ਤੁਹਾਨੂੰ, ਵਿਖਾ ਲਓ ਭਾਈ ਲਾਈਵ ਬਣ ਕਦਰਾ, ਤੂੰ ਬਾਹਰ ਕੱਢ ਕੇ ਵਿਖਾ ਦਵਾਂ, ਬਾਹਰ ਕੱਢ ਦਾ ਠੀਕ ਹੈ, ਪਹਿਲਾਂ ਤੁਹਾਡੇ ਨਾਲ ਘੇਰ ਰਿਹਾ ਜੇ। ਇੱਧਰ ਵੀ ਸਾਰੇ ਜਾਨਵਰ ਮਾਸ਼ਾਅੱਲਾ ਵੇਖੋ ਤੇਰਾ, ਹੁਣ ਆਪਣੇ ਨਾ ਮਸਤੀ ਗਏ ਆ, ਮਹਿੰਦੀ ਆ ਜੁਗਨੂ, ਆ ਜਾ ਬਾਹਰ ਆ ਜਾ, ਕਿਆ ਬਾਤ ਆ, ਹੁਣ ਵੇਖ ਜੁਗਨੂ ਵੇਖਣ ਵਾਲਾ ਇੱਥੇ ਖਲੋਤਾ, ਦੇਖ ਹੁਣ ਦੇਖ ਜੁਗਨੂ ਕਿਆ ਬਾਤ ਆ, ਜੁਗਨੂ ਦੀ ਵੀ ਕਿਆ ਬਾਤ ਆ। ਲਓ ਜੀ ਫਿਰ ਬੜੇ ਜਾਨਵਰ ਆਏ, ਤੇ ਬੜੇ ਬੜੇ ਲਏ ਵੀ, ਜਾਨਵਰ ਰੱਖੇ ਵੀ, ਸੇਲ ਕੀਤੇ, ਇੱਕ ਰੌਕੀ ਤੇ ਦੂਸਰਾ ਜੁਗਨੂ, ਇਸੇ ਕੇਜ ਦੇ ਵਿੱਚ ਉਹ ਲਟਕ ਕੇ ਜਦੋਂ ਐਕਸਪਾਇਰ ਹੋਇਆ ਸੀਗਾ, ਠੀਕ ਹੈ, ਤੇ ਇਸੇ ਕੇਜ ਰੱਬ ਨੇ ਸਾਨੂੰ ਅਨੇਬਲ ਵਧਾ ਦਿੱਤਾ। ਕਿਆ ਕਮਾਲ ਜਾਨਵਰ, ਕਿਆ ਮਤ ਚੱਸ ਹੈ ਕਿ ਨਹੀਂ ਦੱਸ, ਹਾਂਜੀ ਹੈ ਜਾਨਵਰ ਦਾ ਰੰਗ ਦਾ ਸਿਰਫ ਫਰਕ ਆ, ਆਦਤਾਂ ਨਸਲ ਇੱਕੋ ਚੀਜ਼ ਹੀ ਆ ਸਾਰੀਆਂ।
ਮੈਂ ਕਹਿੰਦਾ ਇਹਨੂੰ ਰੋਕੀ ਤੋਂ ਬਾਅਦ ਅੱਲਾਹ ਤਾਲਾ ਨੇ ਸਾਨੂੰ ਗਿਫਟ ਦਿੱਤਾ ਵਾ ਤੇ ਅਸੀਂ ਉਹਦੀ ਕਦਰ ਵੀ ਕੀਤੀ ਹੈ ਇਸ ਗਿਫਟ ਦੀ ਤੇ ਬਾਕੀ ਅੱਲਾ ਖੈਰ ਕਰੇ ਹੁਣ ਨੈਕਸਟ ਸਾਡੇ ਕੋਲ ਬਰੀਡ ਵੀ ਆਉਣੇ ਵਾਲੀ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਮੋਟੋ ਜਿਹੜੀ ਜੁਗਨੂ ਕੋਲ ਪ੍ਰੈਗਨੈਂਟ ਹੋ ਗਈ ਹੈ ਤੇ ਥੋੜ੍ਹਾ ਜਿਹਾ ਦੱਸ ਹੀ ਦਾ ਮੁਬਾਰਕ ਹੋਵੇ ਜੀ ਮੈਂ ਕਿਹਾ ਜੀ ਮੁਬਾਰਕਾਂ ਹੁਣ ਪਿਓ ਬਣਨ ਵਾਲੇ ਹੋਏ ਵੇਖੀ ਇਹ ਜਿੱਦਣ ਮੇਰੇ ਫੋਨ ਦਾ ਰਾਹ ਲੈਣਾ ਇਹਨੇ ਲੈਣਾ ਇੱਕ ਨਾ ਮੁਬਾਰਕ ਦੇ ਰਿਹਾ ਮੈਂ ਕਿਹਾ ਤੂੰ ਪਿਓ ਬਣਨੇ ਫੋਨ ਹੀ ਫੜ ਲੈਣ ਲੱਗਾ ਸੀਗਾ ਜੁਗਨੂ ਮੁਬਾਰਕ ਹੋਏ ਆ ਅੱਛਾ ਕੀ ਬਣਨਾ ਸ਼ਾਮਾ ਬਣਨਾ ਹੁਣ ਕੀ ਬਣਨਾ ਦੱਸ ਤੇਰੇ ਕੋਲ ਕਹਿੰਦਾ ਬਣਨਾ ਉਹ ਕਹਿ ਰਿਹਾ ਜੀ ਕੋਈ ਸ਼ਹਿਰ ਸ਼ੂ ਵੰਡੋ ਫਿਰ ਖੁਸ਼ੀ ਦੀ ਗੱਲ ਮੈਂ ਵੀ ਉਹ ਬਣਨੇ ਵਾਲਾ ਹਲੇ ਬਣਨੇ ਵਾਲਾ ਖੈਰ ਕਰਿਆ ਜੇ ਖੈਰ ਕਰੀ ਨਾ ਬਣ ਜਾਏਗਾ ਫਿਰ ਬਣਨਾ ਕਿ ਵੀ ਸਹੀ ਠੀਕ ਹੈ ਪਹਿਲੀ ਮਿਠਾਈ ਲਿਆ ਕੇ ਕਰਾਵਾਂਗੇ ਬਾਕੀ ਕੰਮ ਸਾਰੇ ਬਾਅਦ 'ਚ ਕਰਾਂਗੇ ਠੀਕ ਹੈ ਸਾਨੂੰ ਬੜੀ ਖੁਸ਼ੀ ਹੈ ਕਿ ਦੇਖੋ ਸਾਡੇ ਕੋਲ ਬੱਚਾ ਆਇਆ ਮਾਸ਼ਾਅੱਲਾ ਜਵਾਨ ਹੋਇਆ ਤੇ ਗਾਂ ਅਸੀਂ ਉਹਦੀ ਬਰੀਡ ਵੀ ਲੈ ਰਹੇ ਹਾਂ ਇੱਕ ਸ਼ੌਕੀਨ ਬੰਦਾ ਗੱਲਾਂ ਸਮਝ ਸਕਦਾ ਕਿ ਕਿਸ ਤਰ੍ਹਾਂ ਇੱਕ ਬੱਚਾ ਪਾਲ ਕੇ ਉਹਦੀ ਨਸਲ ਨੂੰ ਅੱਗੇ ਵਧਾਉਂਦੇ ਹੋ ਕਰਦੇ ਹੋ ਤੇ ਬੜਾ ਇੱਕ ਚਾਹਤ ਹੁੰਦੀ ਹੈ ਠੀਕ ਹੈ ਮੈਂ ਸਮਝ ਜਦੋਂ ਅੱਗੇ ਆਏ ਸੀਗੇ ਉਦੋਂ ਕਹਿੰਦੇ ਤੁਹਾਡੇ ਕੋਲ ਅਰਸਲਾਨ ਬਈਆ ਸੈਟਅਪ ਨਹੀਂ ਸੀ ਹੈਗਾ ਮੈਂ ਤੁਹਾਡੀਆਂ ਦੁਆਵਾਂ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਹੀ ਰੌਣਕਾਂ ਲੱਗੀਆਂ ਨੇ ਮਾਸ਼ਾਅੱਲਾ ਵੇਖੋ ਤੇ ਦਰਖਤਾਂ ਥੱਲੇ ਬੰਨੇ ਹੁੰਦੇ ਸੀਗੇ ਅੱਜ ਮਾਸ਼ਾਅੱਲਾ ਸੋਹਣੇ ਲੱਗਦੇ ਆ ਡਿਸਿਪਲਨ ਦੇ ਨਾਲ ਜਾਨਵਰ ਤੇ ਇਹਦੀ ਤੁਹਾਨੂੰ ਵੀਡੀਓ ਮੈਂ ਹੀ ਬਣਾ ਸਕਦਾ ਬਸ ਮੇਰੇ ਤੋਂ ਇਲਾਵਾ ਇਹਦੇ ਹੁਣ ਕੋਲ ਕੋਈ ਨਹੀਂ ਆ ਸਕਦਾ ਯਾਦ ਨਾਨ ਬਾਈ ਦੇ ਜਾਮ ਹੈ ਠੀਕ ਹੈ ਅਮ ਤੂੰ ਆ ਹਜ਼ਰਾ ਮੈਂ ਤੁਹਾਨੂੰ ਬਰੇ ਕਰ ਦੇ ਅੰਦਰ ਨੂੰ ਹਜ਼ਰਾ ਪਿੱਛੇ ਜਾ ਮੈਂ ਨਾ ਨਾ ਮਾਸਟਰ ਮਾਸਟਰ ਮੈਂ ਨਹੀਂ ਚਾਹੁੰਦਾ ਰੋਕੀ ਯਾਰ ਤੇਰਾ ਇਹ ਦੁਸ਼ਮਣ ਬਣ ਇਹ ਵੀ ਤੇਰਾ ਦੁਸ਼ਮਣ ਬਣ ਜਾਵੇ ਠੀਕ ਹੈ ਤੇ ਲੋਕਾਂ ਦਾ ਦਿਮਾਗ ਭਾਈ ਦਾ ਮੁਰਗੀਆਂ ਵੇਖੋ ਸਾਰੀਆਂ ਉੱਤੇ ਚੜ ਗਈਆਂ ਨੇ ਤੇ ਇੱਕ ਗੁੱਡ ਨਿਊਜ਼ ਮੈਂ ਭਲਾ ਤੁਹਾਨੂੰ ਸੁਣਾਉਣਾ ਚਾਹੁੰਦਾ ਸੀ ਤਿੰਨ ਮੁਰਗੀਆਂ ਨੇ ਕੁੜੋ ਕੀਤਾ ਹੋਇਆ ਨਾ ਐਮਸਾ ਗੁੰਨੀ ਕੀ ਹੋ ਸਕਦੀ ਭਲਾ ਕੋਈ ਦੱਸਦਾ ਨੀ ਮੈਂ ਦੱਸਦਾ ਸਬਰ ਕਰੋ ਮੈਂ ਦੱਸਦਾ ਰੁਕੋ ਜ਼ਰਾ ਉਹਦੇ ਮੁੰਡੇ ਨੇ ਪੱਠੇ ਨਹੀਂ ਭੇਜੇ ਸਾਨੂੰ ਬੱਚੂ ਚ ਭੇਜੇ ਸੀਗੇ ਉੱਥੋਂ ਨਾਰੰਗ ਮੰਡੀ ਤੋਂ ਸਮਾਨ ਭਾਈ ਉਹ ਭਾਈ ਇਹ ਕਾਲੇ ਮੁਰਗੇ ਕੋ ਕਰਾਸ ਹੁੰਦੀ ਮੈਂ ਆਪਣੀ ਅੱਖਾਂ ਨਾਲ ਵੇਖੀ ਆ ਅੱਖਾਂ ਨਾਲ ਤੇ ਉਹ ਜਿਹੜੀ ਪਰੇ ਖੜੀ ਹੋਈ ਆ ਉਰਲੇ ਹੁਣ ਪਤਾ ਨਹੀਂ ਉਰਲਾ ਚੂਚਾ ਹੋ ਜਾਂ ਕਿ ਨਹੀਂ ਉਹ ਜਿਹੜੀ ਵੱਡੇ ਵੇਟ ਦੀ ਹੈ ਨਾ ਉਹ ਪਰੇ ਨਜ਼ਰ ਆ ਰਹੀ ਪੱਠੀ ਉਹ ਕਨਫਰਮ ਮੁਰਗੀ ਆ ਤੇ ਉਹ ਕ੍ਰਾਸ ਹੁੰਦੀ ਵੇਖੀ ਆ ਹੁਣ ਇਹ ਮੈਨੂੰ ਨਹੀਂ ਪਤਾ ਇਹਨਾਂ ਦੀ ਏਜ ਕਿੰਨੀ ਹੋ ਗਈ ਆ ਬਰਲ ਕਾਲੇ ਮੁਰਗਾ ਇਕੱਲਾ ਫਿਰਦਾ ਸੀ ਬੋਰ ਹੁੰਦਾ ਰਹਿੰਦਾ ਸੀਗਾ ਇਹਨਾਂ ਸਲਾਮ ਬੋ ਬਣਾ ਲਈ ਉਹ ਹੁਣ ਅੱਲਾ ਖੈਰ ਕਰੇ 10 ਮਹੀਨੇ ਲੱਗਦੀ ਆ ਪਤਾ ਨਹੀਂ ਜਿੰਨੇ ਵੀ 8 ਮਹੀਨੇ 9 ਮਹੀਨੇ ਪਤਾ ਲੱਗਾ ਅੱਜ ਮੈਂ ਆਪਣੇ ਕਨਫਰਮ ਵੇਖੀ ਆ ਕਿ ਇਹੀ ਪੱਠੀ ਮੇਰੇ ਸਾਹਮਣੇ ਕ੍ਰਾਸ ਹੋਈ ਮੈਂ ਜਿੰਨਾਂ ਨੂੰ ਵੀਡੀਓ ਬਣਾਉਣ ਲੱਗਾ ਉਹਨਾਂ ਨੂੰ ਫਿਰ ਹੁਣ ਮੈਂ ਕੀ ਕਹਾਂ ਤੁਹਾਨੂੰ ਵੀ ਨਹੀਂ ਸਰ ਲੋ ਜੀ ਚਾਬੀ ਦਿਓ ਜੀ ਗੱਡੀ ਦਾ ਏਸੀ ਦਾ ਕੰਮ ਹੋ ਰਿਹਾ ਜੀ ਆਪ ਜਣੀ ਲੱਗੇ ਜੀ ਧਿਆਨ ਨਾਲ ਬਰੀਕੀ ਦਾ ਕੰਮ ਆ ਤੇ ਦੇਖੋ ਜਰਾ ਬਰੀਕੀ ਹੋ ਕਰ ਰਹੇ ਭਾਈ ਜੀ ਲੈਣ ਮਾਰ ਕਿਹੜੀ ਲੈਣਾ ਆ ਚਾਬੀ ਦੱਬੀ ਨਹੀਂ ਰੈਡੀਏਟਰ ਵੀ ਸਾਰਾ ਖੁੱਲਿਆ ਪਿਆ ਤੇ ਬੜਾ ਕੰਮ ਖਰਾਬ ਆ ਭਾਈ ਘਰ ਵਾਲਾ ਏਸੀ ਸੌਖਾ ਕੰਮ ਚਲਾਉਣਾ ਚਾਹੁੰਦਾ ਗੱਡੀ ਵਾਲਾ ਏਸੀ ਬਹੁਤ ਕੰਮ ਖਰਾਬ ਕਰਦਾ ਤੇ ਅਸੀਂ ਹੁਣ ਚੱਲੇ ਹਾਂ ਜੀ ਠੀਕ ਹੈ ਮੈਂ ਕਿਹਾ ਵੇਖੀਏ ਜਰਾ ਸਮਾਨ ਸਮੂਨ ਆ ਗਿਆ ਚੇਂਜ ਕਰਨ ਲੱਗੇ ਹਾਂ ਉਹ ਬੱਚੇ ਆ ਰਹੇ ਜ਼ੋਰੋ ਦੇ ਤੇ ਵਿਲਾਇਤੀ ਮਾਦੀਲੀ ਖਾਨੇ ਵਾਲ ਤੋਂ ਕ੍ਰਾਸ ਹੋ ਕੇ ਗਏ ਸੀ ਉਹ ਲੈਣ ਵਾਸਤੇ ਚਲੀ ਅਮਨ ਸਾਹਿਬ ਚਲੋ ਜੀ ਤਿਆਰ ਹੋ ਹਾਂਜੀ ਆਰ ਯੂ ਰੈਡੀ ਹਾਂਜੀ ਚਲੋ ਫਿਰ ਚਲੀਏ ਅੱਲਾ ਖੈਰ ਕਰੇ।